ਏਅਰਪੋਰਟ ਦੇ ਉੱਤੇ ਜਿੰਨੀਆਂ ਸਾਰੀਆਂ ਸੁਵਿਧਾਵਾਂ ਨੇ ਦੁਨੀਆ ਦੀਆਂ ਜਿਹੜੇ ਵੱਡੇ ਵੱਡੇ ਏਅਰ ਜਿਹੜੇ ਲਾਈਨ ਦੇ ਜਿਹੜੇ ਜਹਾਜ਼ ਜਿੱਥੇ ਉਤਰਦੇ ਨੇ ਉੱਥੇ ਅੰਮ੍ਰਿਤਸਰ ਦਾ ਸਭ ਤੋਂ ਵੱਡਾ ਤੁਸੀਂ ਦੱਸਿਆ ਸੀਗਾ ਕਿ ਜੋ ਕੁਝ ਸੁਵਿਧਾਵਾਂ ਚਾਹੀਦੀਆਂ ਨੇ ਤਾਂ ਜੁਸਾਬ ਗਮਡਾੜਾ ਸਾਹਿਬ ਉਹ ਉੱਥੇ ਹਨ ਜਦੋਂ ਕਿਤੇ ਦਿੱਲੀ ਦੇ ਮੈਂ ਫੇਰ ਖੁੱਲ ਕੇ ਬੋਲਾਂਗਾ ਖੁੱਲ ਕੇ ਬੋਲਣ ਦੇ ਵਿੱਚ ਕੋਈ ਝਿਜਕ ਨਹੀਂ ਹੈ ਸੱਚ ਹੈ ਕਿ ਦਿੱਲੀ ਤੋਂ ਦਪੈ ਜਾਂਦੀ ਹੈ ਜੋਲ ਸਾਹਿਬ ਤੇ ਉਹ ਜਿਹੜੇ ਜਹਾਜ਼ ਨੇ ਅੰਮ੍ਰਿਤਸਰ ਵਾਲੇ ਪਾਸੇ ਨੂੰ ਮੋੜ ਦਿੱਤੇ ਜਾਂਦੇ ਨੇ ਜਦੋਂ ਉੱਥੇ ਪਲਾਨ ਨਹੀਂ ਉਤਰ ਸਕਦਾ ਜਹਾਜ਼ ਨਹੀਂ ਹੋ ਸਕਦਾ ਉਹ ਅੰਮ੍ਰਿਤਸਰ ਉਤਰਦੇ ਨੇ ਧੁੰਦ ਦੇ ਕਾਰਨ ਧੁੰਦ ਦੇ ਬਾਵਜੂਦ ਵੀ ਅੰਮ੍ਰਿਤਸਰ ਦੇ ਵਿੱਚ ਉਹ ਸਾਰੀਆਂ ਸੁਵਿਧਾਵਾਂ ਹਨ ਕਿ ਜਹਾਜ਼ ਵੱਡੇ ਤੋਂ ਵੱਡਾ ਉਤਰ ਸਕਦਾ ਹੈ ਸੋ ਸਾਡੇ ਟਰੈਵਲ ਏਜੰਟਸ ਨੂੰ ਵੀ ਬੇਨਤੀ ਹੈ ਸਾਡੇ ਲਿਸਨਰਸ ਨੂੰ ਵੀ ਬੇਨਤੀ ਹੈ ਦਰਸ਼ਕਾਂ ਨੂੰ ਵੀ ਬੇਨਤੀ ਹੈ ਕਿ ਪਹਿਲ ਦੇ ਆਧਾਰ ਦੇ ਉੱਤੇ ਇਸ 에ਅਰਲਾਈਨਸ ਨੂੰ ਆਪਾਂ ਕਾਮਯਾਬ ਕਰਨਾ ਹੈ ਤਾਂ ਕਿ ਇਹਦੇ ਉੱਤੋਂ ਦੂਜੀਆਂ ਵੱਡੀਆਂ ਵੱਡੀਆਂ 에어ਲਾਈਨਸ ਵੀ ਸਬਕ ਸਿੱਖਣ ਕਿ ਇਹ ਭਰਿਆ ਜਾਂਦਾ ਭਰਿਆ ਆਉਂਦਾ ਭਰਿਆ ਜਾਂਦਾ ਭਰਿਆ ਆਉਂਦਾ ਇੰਨਾ ਕੁ ਭਰ ਦਿਓ ਕਿ ਇਹਨਾਂ ਦੂਸਰੀਆਂ 에어ਲਾਈਨਸ ਨੂੰ ਗੋਡਿਆਂ ਪਾਰ ਹੋਣਾ ਪਵੇ ਕਿ ਅਸੀਂ ਵੀ ਅਮਰਸਰ ਨੂੰ 에어ਲਾਈਨ ਦੇ ਤੇ ਜਾਣਾ ਚਲਾਉਣੀਆਂ ਨੇ ਜਹਾਜ਼ ਸਾਡੇ ਵੀ ਚੱਲਣੇ ਚਾਹੀਦੇ ਨੇ ਕੀ ਕਹਿਣਾ ਚਾਹੋਗੇ ਜੋਲ ਸਾਹਿਬ ਜੀ ਚਾਵਲਾ ਜੀ ਮੈਂ ਇੱਕ ਚੀਜ਼ ਐਡ ਕਰਨੀ ਚਾਹੁੰਦਾ ਮੈਂ ਜਦੋਂ ਇਹ ਜੀ ਜੀ ਜਿਹੜਾ ਜਿਹੜਾ ਇਹ ਇਰ ਇੰਡੀਆ ਦਾ ਜਹਾਜ਼ ਸੀ ਉਹ ਅੰਮ੍ਰਿਤਸਰ ਤੋਂ ਲੰਘਦਾ ਹੋਇਆ ਦਿੱਲੀ ਪਹੁੰਚਿਆ ਤੇ ਦੁੱਖ ਬੜਾ ਆਇਆ ਕਿ ਯਾਰ ਅੰਮ੍ਰਿਤਸਰ ਸਾਡਾ ਘਰ ਆ ਅਸੀਂ ਉੱਥੇ ਉਤਰਨਾ ਸੀ ਸਾਨੂੰ ਦਿੱਲੀ ਲਾਇਆ ਗਿਆ ਇ ਹੁਣ ਇਹ ਸਵਾਭ ਫੇਰ ਵਾਪਸ ਅੰਮ੍ਰਿਤਸਰ ਜਾਣਾ ਕੋਈ 7-8 ਕਈ ਪੇ ਜਿਹੜੀ ਕੰਜਲਕਵਾਰੀ ਆ ਇਹ ਖਤਮ ਹੋਣੀ ਚਾਹੀਦੀ ਲੋਕਾਂ ਦੀ ਬਿਲਕੁਲ ਬੜਾ ਸੁਹਣਾ ਉੱਤਰਦਾਸੀ ਸੀ ਅਮਰਸਰ ਦੇ ਵਿੱਚ 2 ਘੰਟੇ ਦੀ ਦੀ ਸਟੇ ਹੁੰਦੀ ਸੀ ਲੋਕ ਅਮਰਸਰ ਵਾਲੇ ਉੱਤਰ ਜਾਂਦੇ ਸੀ ਫਿਰ ਇਹ ਦਿੱਲੀ ਜਾਂਦਾ ਸੀ ਦਿੱਲੀੋਂ ਆਉਂਦਾ ਸੀ ਅਮਰਸਰ ਅਮਰਸਰੋਂ ਫਿਰ ਇਹ ਸਿੱਧਾ ਟ੍ਰਾਂਟੋਂ ਆਉਂਦਾ ਸੀ ਮੈਂ ਬਹੁਤ ਸਾਰੇ ਬਿਜ਼ਨਸਮੈਨਾਂ ਦਾ ਨਾਮ ਲੈ ਸਕਦਾ ਜਿਨ੍ਹਾਂ ਅਸੀਂ ਕਈ ਵਾਰੀ ਇੱਕ ਦੂਜੇ ਨੂੰ ਉੱਥੇ ਮਿਲੇ ਤੇ ਕਈ ਵਾਰੀ ਸਫ਼ਰ ਕੀਤਾ ਪਤਾ ਨਹੀਂ ਕੀ ਹੋ ਗਿਆ ਆ ਤੁਹਾਡੀ ਫੋਟੋ ਨਾਲ ਜਿਹੜੀ ਤੁਸੀਂ ਭੇਜੀ ਹੈ ਅਸੀਂ ਦਿਖਾ ਦਿੱਤੀ ਹੈ ਕਿ ਵੇਖੋ ਕਿਵੇਂ ਜਹਾਜ਼ ਜਾ ਰਿਹਾ ਤੇ ਅੰਮ੍ਰਿਤਸਰ ਤੋਂ ਉੱਤੋਂ ਦੀ ਉੱਡ ਕੇ ਦਿੱਲੀ ਜਾ ਰਿਹਾ ਤੇ ਦਿੱਲੀੋਂ ਮੁੜ ਕੇ ਜਿਹੜੇ ਪੈਸੇਂਜਰ 80% ਜਿਹੜੇ ਤਨਜੂ ਸਾਹਿਬ ਦੱਸ ਰਹੇ ਨੇ ਕਿ ਉਹਨਾਂ ਨੂੰ ਮੁੜ ਕੇ ਖੱਜਲ ਖਵਾਰ ਹੋ ਕੇ ਫੇਰ ਪੰਜਾਬ ਵਾਪਸ ਆਉਣਾ ਹੈ ਚਾਹੇ ਉਹ ਜਾਜਰਾ ਹੀ ਹੋਣ ਚਾਹੇ ਉਹ ਟੈਕਸੀਆਂ ਰਾਹੀ ਹੋਣ ਚਾਹੇ ਉਹ ਬੱਸਾਂ ਰਾਹੀ ਹੋਣ ਇਹ ਸਫਰ ਸਾਡਾ ਕਿੰਨੇ ਘੰਟੇ ਸਾਨੂੰ ਥਕਾ ਦਿੰਦਾ ਹੈ ਮਾਨਸਿਕ ਪਰੇਸ਼ਾਨੀ ਹੁੰਦੀ ਹੈ ਬੱਚੇ ਬਜ਼ੁਰਗ ਹੁੰਦੇ ਨੇ ਕੋਈ ਮਰੀਜ਼ ਹੁੰਦਾ ਹੈ ਕਹੇ ਨੇ ਅਟੈਂਡ ਕਰਨੇ ਹੁੰਦੇ ਨੇ ਸਮਾਗਮ ਇਹ ਖਜਲ ਖਵਾਰੀ ਤੁਹਾਡੀ ਜਿਹੜੀ ਹੈ ਖਤਮ ਹੋਣ ਜਾ ਰਹੀ ਹੈ ਚਾਲੇ ਪਈ ਟਿਕਟ ਘੱਟ ਲੱਗ ਜੇ ਪਹਿਲਾਂ ਅੰਮ੍ਰਿਤਸਰ ਪਹੁੰਚ ਜੇ ਤੇ ਇੱਕ ਘੰਟਾ ਹੋਰ ਬਚਦਾ ਜੀ 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 ਇੱਕ ਘੰਟਾ ਪਹਿਲਾਂ ਆ ਜਾਂਦਾ ਅੰਮ੍ਰਿਤਸਰ ਜੀ ਹਾਂ ਜੀ ਹਾਂ ਜੀ ਬਹੁਤ ਸ਼ੁਕਰੀਆ ਤਨਸਾਬ ਤੁਹਾਡਾ ਔਰ ਤੁਸੀਂ ਅਪੀਲ ਕਰ ਦਿਓ ਇੱਕ ਵਾਰੀ ਫਿਰ ਤੋਂ ਆਪਣੇ ਸਾਡੇ ਸੁਣਨ ਵਾਲਿਆਂ ਨੂੰ ਤੁਹਾਡੇ ਚਾਣ ਵਾਲਿਆਂ ਨੂੰ ਕਿ ਇਸ 에어ਲਾਈਨ ਨੂੰ ਆਪਾਂ ਕਾਮਯਾਬ ਕਰਨਾ ਹੈ ਔਰ ਕਾਮਯਾਬ ਕਰਕੇ ਦੂਸਰੀਆਂ 에어ਲਾਈਨਜ਼ ਨੂੰ ਵੀ ਆਪਾਂ ਇਧਰਲੇ ਪਾਸੇ ਮੋੜਨਾ ਤੇ ਆਓ ਵੀ ਹੁਣ ਤੁਸੀਂ ਵੀ ਹਾਂਜੀ ਹਾਂਜੀ ਬਿਲਕੁਲ ਜਿਦਾ ਸਮੀਪ ਭਾਈ ਨੇ ਦੱਸਿਆ ਕਿ ਪਹਿਲੋਂ ਇਹਨਾਂ ਨੇ ਇੱਕ ਦਿਨ ਸਟਾਰਟ ਕੀਤੀ ਹੈ ਹਫ਼ਤੇ 'ਚੋਂ ਸੋ ਆਪਣੇ ਭਾਈਚਾਰੇ ਨੂੰ ਰਿਕਵੈਸਟ ਹੈ ਕਿ ਉਹ ਇਹਦੀ ਇਹਨੂੰ ਸਕਸੈਸਫੁਲ ਬਣਾਉਣ ਵੱਤੋ-ਵਾਤ ਦੇ ਦੇ ਤੇ ਟ੍ਰੈਵਲ ਕਰਨ ਤੇ ਆਪਣਾ ਤਾਂ ਕਿ ਇਹ ਫ੍ਰੀਕਵੈਂਸੀ ਵਧਾਉਣ 2 ਤੋਂ 3 ਦਿਨ 3 ਦਿਨ 4 ਦਿਨ ਅਟਲੀਸਟ ਹੋਵੇ ਹਫਤੇ ਜੇ ਤਾਂ ਕਿ ਆਪਣੇ ਕੋਈ ਕੋਈ ਆਪਸ਼ਨ ਹੋਵੇ ਮੈਂ ਭਾਵੇਂ ਜਾਵਲਾ ਜੀ ਵੈਨ ਕੋਰ ਇਨਾਂ ਪਰ ਮੈਨੂੰ ਬਹੁਤ ਖੁਸ਼ੀ ਆ ਕਿ ਇੱਕ ਆਪਰਚੂਨਿਟੀ ਆਪਾਂ ਨੂੰ ਮਿਲੀ ਆ ਦੂਜੀਆਂ 에어ਲਾਈਨਾਂ ਨੂੰ ਦੱਸਣ ਲਈ ਟੋਰਾਂਟੋ ਵਾਲੇ ਵੀਰਾਂ ਨੂੰ ਇਹ 에ਅਰਲਾਈਨ ਤੋਂ ਵੱਧ ਤੋਂ ਵੱਧ ਕਾਮਯਾਬ ਕਰਨ। ਔਰ ਮੈਂ ਚਾਹਾਂਗਾ ਕਿ ਟ੍ਰੈਵਲ ਏਜੰਟ ਮੇਰੀ ਰਿਕੁਐਸਟ ਹੈ ਬੇਨਤੀ ਹੈ ਕਿ ਤੁਹਾਡੇ ਕੋਲੋਂ ਤੁਹਾਡਾ ਕਸਟਮਰ ਜਿਹਨੇ ਅਮਰਸਰ ਦੀ 에ਅਰਲਾਈਨ ਲੈਣੀ ਹੈ ਉਹ ਕਵੇ ਕਿ ਸਿੱਧੀ ਜਿਹੜੀ ਨਵੀਂ ਸ਼ੁਰੂ ਹੋਈ ਹੈ ਉਸ ਨਵੀਂ 에ਅਰਲਾਈਨ ਦੀ ਸਾਨੂੰ ਟਿਕਟ ਦਿਓ। ਭਾਵੇਂ ਤੁਸੀਂ ਅਜੇ ਤੱਕ ਇਸ ਤੋਂ ਵਾਕਿਫ ਨਹੀਂ ਹੋ ਜ ਨਹੀਂ ਵਾਕਿਫ ਤਾਂ ਡੈਫੀਨੇਟਲੀ 100% ਤੁਹਾਡਾ ਕੰਮ ਹੈ ਕਿ ਤੁਸੀਂ ਇਸ 에ਅਰਲਾਈਨ ਦੇ ਨਾਲ ਜੁੜੋ ਤੇ ਇਹਦੀਆਂ ਟਿਕਟਾਂ ਧੜਾ ਧੜ ਵੇਚੋ ਕਿਸੇ ਨੂੰ ਰਿਫਿਊਜ਼ ਨਹੀਂ ਮੈਂ ਮੰਗਦੇ ਟੋਰਾਂਟੋ ਦੀਆਂ ਨਾਲ ਵੇਲੋ ਬਰਾਮਦਾ ਨੇ ਮਿਹਰ ਕੀਤੀ ਆ ਤੇ ਨਿਊਯਾਰਕ ਵਾਲਿਆਂ ਨੂੰ ਵੀ ਕਨੈਕਸ਼ਨ ਨਿਊਯਾਰਕ ਵਾਲਿਆਂ ਨੂੰ ਮਿਲ ਗਿਆ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ 2-3 ਘੰਟੇ ਦਾ ਕਨੈਕਸ਼ਨ ਦੇ ਦੇਣਾ ਮਿਲਾਨ ਤੋਂ 17 18 16 17 ਘੰਟੇ 'ਚ ਅੰਮ੍ਰਿਤਸਰ ਪਹੁੰਚ ਸਕਦੇ ਸਾਰੇ ਤੰਜੂ ਸਾਹਿਬ ਬਹੁਤ ਬਹੁਤ ਸ਼ੁਕਰੀਆ ਤੁਸੀਂ ਦਿੱਲੀ 에ਰਪੋਰਟ ਤੇ ਇਸ ਵਕਤ ਤੁਹਾਡਾ ਟ੍ਰਿਪ ਬਹੁਤ ਵਧੀਆ ਹੋਵੇ ਸਭ ਤੋਂ ਵੱਡੀ ਗੱਲ ਇਹ ਆ ਕਿ ਜਿਸ ਤੱਕ ਸਾਨੂੰ ਪਤਾ ਹੈ ਸਬੀਬ ਸਿੰਘ ਜੀ ਗਮਟਾਲਾ ਤੇ ਵੀ ਤੰਜੂ ਸਾਹਿਬ ਨੇ ਦਿਨ ਰਾਤ ਮਿਹਨਤ ਕੀਤੀ ਹੈ ਹੁਣ ਬਹੁਤ ਸਾਰੇ ਨਵੇਂ ਨਾਮ ਜਿਹੜੇ ਨੇ ਉਠਣਗੇ ਕ੍ਰੈਡਿਟ ਲੈਣਗੇ ਜੀ ਸਾਡੇ ਸਿਰ ਤੇ ਫੀਤੀ ਲਾ ਦੋ ਸਾਡੇ ਸਿਰ ਤੇ ਤਾਜ ਪਾ ਦੋ ਅਸੀਂ ਦਿਨ ਰਾਤ ਲੱਗ ਰਹੇ ਹਾਂ ਔਰ ਮੁੱਢਲੇ ਦਿਨਾਂ ਦੇ ਵਿੱਚ ਜਦੋਂ ਤੁਸੀਂ ਵੇਖਿਆ ਹੋਣਾ ਜਦੋਂ ਕੋਵਿਡ 19 ਦੇ ਵਿੱਚ ਵੀ ਇਹ ਸਿਰ ਜੋੜ ਕੇ ਦੋਨੋਂ ਵੀਰ ਜਿਹੜੇ ਸੀ ਖਬਰਾਂ ਅਸੀਂ ਸਾਂਝੀਆਂ ਕਰਦੇ ਹੁੰਦੇ ਸੀ ਕੋਵਿਡ 19 ਦੇ ਵੇਲੇ ਵੀ ਲੱਗੇ ਹੋਏ ਸਨ ਕਿ ਜੀ ਇਹ ਜਹਾਜ਼ ਚੱਲਣੇ ਚਾਹੀਦੇ ਨੇ ਡਾਇਰੈਕਟ ਅਸ਼ਕ ਗੁਮੜਾਲਾ ਸਾਹਿਬ ਮੈਂ ਹੁਣ ਤੁਹਾਡੇ ਨਾਲ ਦੋ ਚਾਰ ਗੱਲਾਂ ਕਰਨੀਆਂ ਨੇ ਕਿੰਨੀ ਤਰੀਕ ਤੋਂ ਸ਼ੁਰੂ ਹੋ ਰਹੀ ਹੈ ਔਰ ਕਿੱਥੇ ਕਿੱਥੇ ਇਸਨੇ ਰੁਕਣਾ ਕਿੰਨਾ ਚਿਰ ਰੁਕਣਾ ਕਿਹੜੀ 에ਅਰਲਾਈਨਸ ਹੈ ਤਾਂ ਕਿ ਸਾਡੇ ਦਰਸ਼ਕ ਸਰੋਤੇ ਉਸ 에ਅਰਲਾਈਨ ਦੇ ਨਾਮ ਤੋਂ ਵਾਕਿਫ ਹੋ ਸਕਣ ਅਤੇ ਟ੍ਰੈਵਲ 에ਜੰਟ ਨੂੰ ਕਹਿ ਸਕਣ ਕਿ ਸਾਨੂੰ ਇਸ 에ਅਰਲਾਈਨ ਦੀ ਹੀ ਟਿਕਟ ਮਿਲਣੀ ਚਾਹੀਦੀ ਆ ਔਰ ਜਿਵੇਂ ਕਿ ਚੰਗੀ ਫਿਲਮ ਜਿਹੜੀ ਐ ਸੋਲਡ ਆਊਟ ਹੋ ਜਾਂਦੀ ਨਾ ਪਹਿਲਾਂ ਹੀ ਤੇ ਇਹ 6 ਅਪ੍ਰੈਲ ਅੱਜ ਸ਼ੁਰੂ ਹੋਇਆ ਅੱਜ ਦਾ ਪਹਿਲਾ ਦਿਨ ਦੂਜਾ ਦਿਨ ਅਤੇ ਕੱਲ ਪਰਸੋਂ ਤੱਕ ਰਸੂਲਡ ਆਊਟ ਹੋਵੇ ਇਹਦੀਆਂ ਸਾਰੀਆਂ ਟਿਕਟਾਂ ਦੀ ਅਸੀਂ ਅਨਾਉਂਸ ਕਰ ਸਕੀ ਜੀ ਜੀਡੀ ਪਹਿਲੀ ਫਲਾਈਟ ਹੈ ਉਹ ਸੂਲ ਡਾਟ ਹੋ ਗਈ ਹੈ ਪੰਜਾਬੀਆਂ ਨੇ ਸਿਰ ਮੱਥੇ ਕਿਹਾ ਜੀ ਨਿਊਜ਼ 에ਅਰਲਾਈਨ ਹਾਂਜੀ ਹਾਂਜੀ ਜਾਵਲਾ ਜੀ ਐਕਚੁਅਲੀ ਇਹ 에ਅਰਲਾਈਨ ਨਾ ਹੈ ਤੁਹਾਨੂੰ ਦੱਸਿਆ ਮੈਂ ਕਿ ਕੋਵਿਡ ਦੇ ਦੌਰਾਨ ਇਹਨਾਂ ਨੇ ਅੰਮ੍ਰਿਤਸਰ ਲਈ ਫਲਾਈਟਾਂ ਸ਼ੁਰੂ ਕੀਤੀਆਂ ਇਟਲੀ ਦੇ ਮਿਲਾਨ ਤੇ ਰੋਮ ਲਈ ਰੋਮ ਵੀ ਇਤਿਹਾਸਕ ਸ਼ਹਿਰ ਹੈ ਸੋ ਇਹ ਜਿਹੜੀ ਫਲਾਈਟ ਹੈ ਟੋਰਾਂਟੋ ਤੋਂ ਚੱਲੇਗੀ ਸ਼ਾਮ ਨੂੰ 5 ਵਜੇ ਹਰ ਵੀਰਵਾਰ ਸ਼ਾਮ ਨੂੰ 5 ਵਜੇ ਤੇ 8 ਘੰਟੇ ਵਿੱਚ ਇਹ ਮਿਲਾਨ ਦਾ ਮਲਪਾਂਸਾ 에ਅਰਪੋਰਟ ਹੈ ਜਿਹੜਾ ਮੇਨ ਉੱਥੇ ਪਹੁੰਚੇਗੀ ਤੇ ਫਿਰ ਉੱਥੇ ਸਿਰਫ 3 ਘੰਟੇ ਜਹਾਜ਼ ਉਤਰ ਕੇ ਕੋਈ ਸਮਾਨ ਨਹੀਂ ਲੈਣਾ ਕੁਝ ਨਹੀਂ ਕਰਨਾ ਜਹਾਜ਼ ਉਤਰ ਕੇ ਫਿਰ ਤੁਸੀਂ ਥੋੜਾ ਜਿੱਦਾਂ ਵੇਟ ਕਰਕੇ ਫਿਰ ਜਹਾਜ਼ ਦੂਜਾ ਬੋਰਡ ਕਰਕੇ ਤੇ ਫਿਰ 8.5 ਘੰਟੇ ਵਿੱਚ 7.5 ਘੰਟੇ ਵਿੱਚ ਤੁਸੀਂ ਸ੍ਰੀ ਅੰਮ੍ਰਿਤਸਰ ਸਾਹਿਬ ਰਾਤ ਨੂੰ 9.5 ਵਜੇ ਪਹੁੰਚ ਜਾਣਾ ਹੈ ਕੁੱਲ ਜਿਹੜਾ ਤੁਹਾਡਾ ਸਮਾਂ ਉਹ 18.5 ਘੰਟੇ ਹੈ ਤੇ ਬੈਗ ਤੁਸੀਂ ਇੱਥੇ ਚੈੱਕ ਕਰਾਣੇ ਆ ਟੋਰਾਂਟੋ ਤੁਹਾਨੂੰ ਸਮਾਨ ਸਾਰਾ ਜਿਹੜਾ ਹੈ ਅੰਮ੍ਰਿਤਸਰ ਜਾ ਕੇ ਮਿਲੇਗਾ ਸੋ ਇਹ ਇਟਲੀ ਦੀ 에ਅਰਲਾਈਨ ਹੈ ਬਹੁਤ ਹੋਰ 에ਅਰਪੋਰਟਸ ਤੇ ਜਾਂਦੀ ਹੈ ਅਮਰੀਕਾ ਵੀ ਆਉਂਦੀ ਹੈ ਤੇ ਹੋਰ ਨਾ ਮੁਲਕਾਂ ਨੂੰ ਵੀ ਜਾਂਦੀ ਹੈ ਤੇ ਇਹ ਲੰਡਨ ਵੀ ਜੋੜਦੀ ਹੈ ਹੋਰ ਵੀ ਥਾਵਾਂ ਦੇ ਜੋੜ ਰਹੇ ਉਹਨਾਂ ਨੇ ਜੋੜਨਾ ਵਾਈਟਲੀ ਨੂੰ ਸੋ ਇਹ ਕਾਫੀ ਦੇਰ ਤੋਂ ਆਪਰੇਟ ਕਰ ਰਹੀ ਹੈ ਕਿਉਂਕਿ ਨਾ ਕਿ ਕਈ 에어ਲਾਈਨਸ ਬੰਦ ਹੋ ਜਾਂਦੀਆਂ ਜਾਂ ਕਿਸ ਤਰ੍ਹਾਂ ਵੀ ਹੈ ਸੋ ਸਾਨੂੰ ਖੁਸ਼ੀ ਹੈ ਕਿ ਇੱਕ ਬੜੀ ਰਿਲਾਇਬਲ ਜਿਹੜੀ ਕਿ ਲੌਂਗ ਟਰਮ ਤੋਂ ਫਲਾਈਟ ਆਪਰੇਟ ਕਰ ਰਹੀ ਹੈ ਉਹ ਇਸ ਨੂੰ ਕਨੈਕਟ ਕਰ ਰਹੀ ਹੈ ਤੇ ਮੈਂ ਦੱਸਾਂਗਾ ਇਹਦੇ ਵਿੱਚ ਕੁਝ ਜਿਹੜੇ ਟਰੈਵਲ ਏਜੰਟ ਸਮੇ ਲੋ ਗਰੁੱਪ ਸਮੇ ਲੋ ਜਿਹੜੇ ਵਿਸ਼ੇ ਨਾਲ ਜੁੜੇ ਨੇ ਉਹਨਾਂ ਨੇ ਇਹ ਜਿਹੜੀਆਂ ਫਲਾਈਟਾਂ ਚਾਰਟਰ ਪਹਿਲਾਂ ਸ਼ੁਰੂ ਕਰਵਾਈਆਂ ਸਨ ਸੋ ਇਹਦੇ ਵਿੱਚ ਇੱਕ ਬਹੁਤ ਗੱਲ ਜ਼ਰੂਰੀ ਹੈ ਕਿ ਜਿਹੜੀ ਸਾਡੀ ਮਾਰਕੀਟ ਹੈ ਨਾ ਅਸੀਂ ਜਦੋਂ 에ਅਰਲਾਈਨਾਂ ਦੀ ਗੱਲ ਕੀਤੀ ਹੈ ਜੀ ਵੱਡੀਆਂ 에ਅਰਲਾਈਨਾਂ ਤੇ ਮਾਰਕੀਟ ਟਰੈਵਲ ਏਜੰਟਾਂ ਦੇ ਹੱਥ ਬਹੁਤ ਹੈ ਸੋ ਇਹ ਹੁਣ ਉਹਨਾਂ ਦਾ ਵੀ ਉਦਮ ਹੈਗਾ ਸੀ ਨਾਲ ਇੱਕ ਇੱਕ ਤਰ੍ਹਾਂ ਦਾ ਕਹੀਏ ਕਿ ਉਹਨਾਂ ਨੇ ਦੇਖਿਆ ਕਿ ਆਓ ਅਸੀਂ ਵੀ ਅੰਮ੍ਰਿਤਸਰ ਨੂੰ ਸਪੋਰਟ ਕਰੀਏ ਸੋ 18 ਕੇ 18.5 ਘੰਟਿਆਂ ਚ ਤੁਸੀਂ ਟੋਰਾਂਟੋ ਤੋਂ ਅੰਮ੍ਰਿਤਸਰ ਵਾਪਸੀ ਤੇ ਅੰਮ੍ਰਿਤਸਰ ਤੋਂ ਫਿਰ ਸਵੇਰੇ 3:30 ਵਜੇ ਤੜਕੇ ਉਡਾਨ ਚੱਲ ਕੇ ਉਸੇ ਤਰ੍ਹਾਂ ਹੀ ਮਿਲਾਨ ਰੁਕੇਗੀ 4 ਘੰਟ ਤੇ ਮੇਰੀ ਗੱਲ ਹੋਈ ਹੈ ਉਹਨਾਂ ਦੇ ਗਰੁੱਪ ਨਾਲ ਉਹ ਕਹਿੰਦੇ ਨੇ ਅਸੀਂ ਕਿਉਂਕਿ ਪਹਿਲੀ ਵਾਰੀ ਸ਼ੁਰੂ ਕਰ ਰਹੇ ਹਾਂ ਕਨੈਕਸ਼ਨ ਇਸ ਕਰਕੇ 4 ਘੰਟੇ ਦਾ ਟਾਈਮ ਰੱਖਿਆ ਹੈ ਅਸੀਂ 300 ਸਵਾਰੀਆਂ ਨੂੰ ਉਤਾਰ ਕੇ ਫਿਰ 350 ਨੂੰ ਫਿਰ ਫਿਰ ਚੜ੍ਹਾਉਣਾ ਪਰ ਉਹਦਾ ਉਹ ਟਾਈਮ ਜਿਹੜਾ ਹੈ ਉਹਪ ਵੀਖ ਵਿੱਚ ਉਹ 3 ਘੰਟੇ ਵੀ ਕਰ ਸਕਣਗੇ ਜੇ ਦੋ ਦੋ ਤੋਂ 3 ਘੰਟੇ ਜੇਕਰ ਸਾਰਾ ਕੁਝ ਸਮੂਦ ਲਈ ਉਹਨਾਂ ਨੂੰ ਐਕਸਪੀਰੀਅੰਸ ਹੋਲੀ ਅਲੀ ਹੋ ਜਾਏਗਾ ਤੇ ਜ਼ਰੂਰ ਉਹਨਾਂ ਨੇ 2000 ਦੇ ਇੰਨਾ ਇੰਨਾ ਵੇਟਿੰਗ ਇਨੀ ਵੇਟਿੰਗ ਤੇ ਤੁਸੀਂ ਜੇਕਰ ਵੇਖੋਣਾ ਜੀ ਅੰਮ੍ਰਿਤਸਰ ਤੋਂ ਤੁਸੀਂ ਜੇਕਰ ਲਖਨਊ ਜਾਣਾ ਹੋਵੇ ਜਾੰਮਰਸਰ ਤੋਂ ਤੁਸੀਂ ਬਨਾਰਸ ਜਾਣਾ ਹੋਵੇ ਰਸਤੇ ਵਿੱਚ ਦਿੱਲੀ 에어ਪੋਰਟ ਤੇ ਵੀ 2 ਘੰਟੇ ਤੁਹਾਨੂੰ ਵੇਟ ਕਰਨਾ ਪੈਂਦਾ ਜੀ ਦਿੱਲੀ 에어ਪੋਰਟ ਤੇ ਵੀ ਜਾਂਦਿਆਂ ਵੀ ਤੇ ਆਉਂਦਿਆਂ ਵੀ ਤੇ ਜੇ ਅਸੀਂ ਬਾਈ ਇਸ ਦੇ ਕੇ ਸਾਨੂੰ ਹੋਰ ਜਾਰੀ ਖੱਜਲ ਖਵਾਰੀ ਜਿਹੜੀ ਹੈ ਦਿੱਲੀ 16 ਘੰਟੇ 8 ਘੰਟੇ ਜਾਣ ਅੰਮਰਸਰ ਤੋਂ 9 ਘੰਟੇ ਲੱਗ ਜਾਂਦੇ ਨੇ ਜੀ ਦਿੱਲੀ ਜੇ ਟ੍ਰੈਫਿਕ ਹੀ ਫਸ ਗਏ ਹਾਂਜੀ ਅਸੀਂ ਇੱਕ ਹਾਂਜੀ ਇੱਕ ਹੋਰ ਗੱਲ ਜੀ ਦਿੱਲੀ ਤੋਂ ਮੈਂ ਦੇਖ ਰਿਹਾ ਸੀ ਕਿਰਾਇਆ ਜਿਹੜਾ ਇਸ ਸਮੇਂ ਜੇ ਕਿਸੇ ਨੇ ਉੱਧਰੋਂ ਸਟੂਡੈਂਟਸ ਨੇ ਆਉਣਾ ਇੱਕ ਪਾਸੇ ਦੇ ਟਿਕਟ ਲੈ ਕੇ ਤੇ 에어 ਇੰਡੀਆ ਦਾ ਟਿਕਰਾਇਆ 500 ਡਾਲਰ ਤੱਕ ਪਹੁੰਚਿਆ ਆ 2800 ਡਾਲਰ ਲੋਕਾਂ ਨੂੰ ਡੇ ਡੇ ਡੋੜ ਦੱਖਦੀ ਸੋ ਜੋ ਇਹਨਾਂ ਨੇ ਆਪਣੀ ਵੈਬਸਾਈਟ ਤੇ ਹੁਣੇ ਫੇਅਰ ਲਿਖਿਆ ਵਾ ਮੈਂ ਦੱਸ ਦਵਾ ਤਕਰੀਬਨ 115000 ਰੁਪਏ ਜਿਹੜਾ ਇੰਡੀਆ ਦਾ ਰੇਟ ਆ ਉਧਰੋਂ ਆ ਲੱਗਿਆ ਪਰ ਇਸ ਸਮੇਂ ਉਹਨਾਂ ਵੱਲੋਂ ਵੈਬਸਾਈਟ ਤੇ ਟੋਰਾਂਟੋ ਤੋਂ ਅੰਮ੍ਰਿਤਸਰ ਜਾਣ ਲਈ ਸਿਰਫ ਤਕਰੀਬਨ 600 ਡਾਲਰ ਜਿਹੜਾ ਸੀ ਅ ਅਮਰੀਕਨ ਜਿਹੜਾ ਫੇਅਰ ਹੈ ਉਹ ਆ ਰਿਹਾ ਹੈ ਸੋ 190000 ਵਿੱਚ ਕਨਵਰਟ ਅਮਰੀਕਨ 1 ਵਿੱਚ 600 ਡਾਲਰ ਅੱਛਾ ਜਿਹੜੀ ਮਤਲਬ ਜਾਣ ਆਉਂਦੀ ਟਿਕਟ ਉਹਦਾ ਵੀ ਕੋਈ ਰੇਟ ਨੇ ਹਾਲੇ ਇਹਨਾਂ ਨੇ ਵੱਖਰਾ ਲਿਖਿਆ ਪਰ ਜਾਣ ਆਉਂਦਾ ਵੀ ਉੱਥੇ ਜਿਹੜਾ ਹੈ ਤਕਰੀਬਨ ਇਹਨਾਂ ਨੂੰ ਇਹਨੂੰ ਜਮ੍ਹਾਂ ਕਰਕੇ ਤੇ ਰੇਟ ਹੈ ਪਰ ਕਿਉਂਕਿ ਚਾवला ਜੀ ਉਧਰੋਂ ਡਿਮਾਂਡ ਬਹੁਤ ਜ਼ਿਆਦਾ ਹੈ ਇਸ ਵੇਲੇ ਉਧਰੋਂ ਬਹੁਤ ਜ਼ਿਆਦਾ ਡਿਮਾਂਡ ਹੈ ਇੰਡੀਆ ਆਨ ਲਈ ਇਧਰੋਂ ਲੋਕ ਫਿਰ ਘਟ ਜਾਂਦੇ ਨੇ ਜਾਣਾ ਗਰਮੀਆਂ ਦੇ ਵਿੱਚ ਮਾਰਚ ਅਪ੍ਰੈਲ ਮਈ ਦੇ ਵਿੱਚ ਸੋ ਜ਼ਰੂਰਤ ਹੈ ਕਿ ਆਪਾਂ ਇਧਰੋਂ ਫਲਾਈਟ ਵੀ ਭਰੇ ਇਹਨਾਂ ਦੀ ਦੋਵੇਂ ਪਾਸਿਓ ਤੇ ਜਿਹੜੀਆਂ 에ਅਰਲਾਈਨਸ ਨੇ ਆਪਣੀ ਯੀਲਡ ਉਹਨੂੰ ਪ੍ਰੋਫਿਟ ਨੂੰ ਯੀਲਡ ਕਹਿੰਦੇ ਨੇ ਸੋ ਜਦੋਂ ਵੀ ਉਹਨਾਂ ਨੇ ਕੋਈ ਰੂਟ ਕੱਟ ਕਰਨੇ ਹੋਣ ਤੁਸੀਂ ਫਿਰ ਦੇਖਦੇ ਨੇ ਮੈਂ ਮੈਨੂੰ ਪਤਾ ਹੈ ਕਿ ਪੰਜਾਬੀਆਂ ਦਾ ਹੁੰਦਾ ਹੈ ਕਿ ਅਸੀਂ ਸਸਤੀ ਵੀ ਲਈਏ ਪਰ ਮੈਂ ਫਿਰ ਬੇਨਤੀ ਕਰਾਂਗਾ ਹਾਂਜੀ ਆਪੋ ਆਪਣਾ ਡਿਸੀਜਨ ਹੈ ਪਰ ਜੇ 50 100 ਡਾਲਰ ਤੁਸੀਂ ਬੜਾ ਦੱਸਿਆ ਵਾਕੀ ਦਿੱਲੀ ਵੀ ਜਾਵਾਂਗੇ ਉੱਥੋਂ ਟੈਕਸੀ ਲੈ ਕੇ ਕਈ ਵਾਰੀ ਸਾਡੇ ਪੰਜਾਬੀ ਮੇਰੀ ਗੱਲ ਹੋਈ ਹੈ ਉਹ ਟੈਕਸੀ ਦਾ ਰੇਟ ਵਿੱਚ ਵਿੱਚ ਪਾਉਂਦੇ ਨਹੀਂ ਆ ਉਹ ਕਲਾ ਟਿਕਟ ਦਾ ਰੇਟ ਵੇਖ ਲੈਂਦੇ ਆ ਕਿ ਅੰਮ੍ਰਿਤਸਰ ਦੀ ਉਹ ਸੋਚਦੇ ਨਹੀਂ ਆ ਕਿ ਮੇਰੇ 9 ਘੰਟੇ 10 ਘੰਟੇ ਬਚਣਗੇ ਮੈਂ ਵਾਪਸ ਆ ਕੇ ਜਲਦੀ 9 ਘੰਟੇ ਇਥੇ ਕੰਮ ਕਰ ਲੂੰਗਾ ਜੀ ਜੀ ਸੋ ਇਹ ਚੀਜ਼ਾਂ ਬਹੁਤ ਜ਼ਰੂਰੀ ਨੇ ਤੇ ਬਾਕੀ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਉਹ ਆ ਇਹ ਜਿਹੜਾ ਉਦਮ ਹੈ ਸਾਰਿਆਂ ਦਾ ਚਲੋ ਅਸੀਂ ਨਹੀਂ ਇਹ ਅਸੀਂ ਕੋਈ ਟਰੈਵਲ ਜਰਨੀ ਸਾਨੂੰ ਵੀ ਖੁਸ਼ੀ ਹੈ ਤੇ ਇਹ ਸਾਰਾ ਤੁਹਾਡੇ ਵਰਗਿਆਂ ਦਾ ਜਿਹੜਾ ਕਿ ਇੰਨੀ ਦੇਰ ਤੋਂ ਆਪਣਾ ਸਮਾਂ ਤੁਸੀਂ ਵੀ ਇੱਕ ਕੱਢ ਕੇ ਇਹ ਜਾਣਕਾਰੀ ਦੇਣਾ ਸੋ ਇਹ ਸਾਰਿਆਂ ਨੂੰ ਇਕੱਠੇ ਹੋ ਕੇ ਇਹ ਜਿਹੜਾ ਕੰਮ ਸੀਗਾ ਲੋਗੜਾ ਤੇ ਇਹ ਜ਼ਰੂਰ ਕਹਿੰਦੇ ਨਾ ਰਿੰਗ ਦ ਬੈਲਸ ਇਹ ਕੁਝ ਬੈਲ ਜ਼ਰੂਰ ਰਿੰਗ ਹੋਣਗੀਆਂ 에어 ਇੰਡੀਆ ਵੱਲ ਵੀ ਤੇ 에어 ਕੈਨੇਡਾ ਦਾ ਸਾਨੂੰ ਹੁਣ ਅਨਫੋਰਚਨਟਲੀ ਦੁੱਖ ਹੈ ਕਿ ਹਵਾਈ ਸਮਝੌਤਿਆਂ 'ਚ ਕੈਨੇਡਾ ਦੀ 에어ਲਾਈਨ ਨਹੀਂ ਜਾ ਸਕਦੀਆਂ ਤੇ ਜਿਹੜਾ ਕਿ ਆਲਰੇਡੀ ਅਸੀਂ ਕਾਫੀ ਇਹ ਹੋ ਗੱਲਬਾਤ ਹੋ ਚੁੱਕੀ ਹੈ ਸੋ 에어 ਇੰਡੀਆ ਤੇ ਆਸ ਹੈ ਕਿ ਉਹ ਵੀ ਜੇ ਕੱਲ ਨੂੰ ਸਿੱਧੀਆਂ ਫਲਾਈਟਾਂ ਹੋਣ ਪਰ ਮੈਂ ਵੈਂਕੂਵਰ ਵਾਲੇ ਵੀਰਾਂ ਲਈ ਵੀ ਜਿਹੜੇ ਤੁਹਾਨੂੰ ਸੁਣ ਰਹੇ ਨੇ ਮੈਨੂੰ ਕੱਲਾਂ ਆਈਆਂ ਜੀ ਸਵੇਰੇ ਕਿ ਸਾਡੇ ਵੈਂਕੂਵਰ ਦਾ ਕੀ ਹੋਏਗਾ ਜ਼ਰੂਰ ਜੀ ਕੋਸ਼ਿਸ਼ ਜਾਰੀ ਰਹੇਗੀ ਇੰਨਾ ਤੱਕ ਅਸੀਂ ਜ਼ਰੂਰ ਗੱਲ ਪਹਚਾਵਾਵਾਂਗੇ ਕਿ ਜੇ ਕਾਮਯਾਬ ਹੋ ਕੇ ਤੇ ਤੁਸੀਂ ਵੈਂਕੂਵਰ ਨੂੰ ਵੀ ਜ਼ਰੂਰ ਦੇਖੋ ਦੋਸਤੋ ਟ੍ਰਾਂਟੋ ਦੇ ਪੀਐਸਐਨ 에어ਪੋਰਟ ਤੋਂ ਇਹ ਉਡਾਨ ਫਿਰ ਵਾਪਸੀ ਲਈ ਹਰ ਵੀਰਵਾ ਸ਼ਾਮ 5 ਵਜੇ ਰਵਾਨਾ ਹੋਵੇਗੀ ਅਗਲੇ ਦਿਨ ਸ਼ੁੱਕਰਵਾਰ ਨੂੰ ਸਵੇਰੇ 6:50 ਮਿੰਟ ਤੇ ਮਲਾਨ ਪਹੁੰਚਣੀ ਆ ਉੱਥੋਂ ਸਵੇਰੇ 10 ਵਜੇ ਰਵਾਨਾ ਹੋ ਕੇ ਉਸੇ ਦਿਨ ਸ਼ੁੱਕਰਵਾਰ ਰਾਤ ਨੂੰ 9:15 ਮਿੰਟ ਤੇ ਅੰਮ੍ਰਿਤਸਰ ਪਹੁੰਚਣੀ ਆ ਸੋ ਇਹ ਟਿਕਟ ਤੁਸੀਂ ਬੁੱਕ ਕਰਵਾਓ ਵੱਖ-ਵੱਖ ਜਿਹੜੇ ਤੁਹਾਡੇ ਏਜੰਟਸ ਨੇ ਉਹਨਾਂ ਨੂੰ ਪੁੱਛੋ ਅੱਛਾ 에어ਲਾਈਨ ਦਾ ਇੱਕ ਵਾਰੀ ਫਿਰ ਤੋਂ ਨਾਂ ਦੱਸ ਦਿਓ ਫਿਰ ਆਪਾਂ ਵਾਈਂਡ ਅਪ ਕਰ ਦਿੰਦੇ ਹਾਂ ਹਾਂਜੀ ਜੀ ਇਹ ਹੈ ਜੀ ਨੀਓਜ਼ 에어ਲਾਈਨ N E O S ਨੀਓਜ਼ ਇਹ ਇਟਾਲੀਅਨ ਕੈਰੀਅਰ ਹੈ ਇਟਲੀ ਦਾ ਤੇ ਉਹਨਾਂ ਦੀ ਇਹ 에어ਲਾਈਨ ਹੈ ਨਿਓ ਜੇਰਾਂ। ਸਭ ਤੋਂ ਵੱਡੀ ਗੱਲ ਇਹ ਵੀ ਹੋਵੇਗੀ ਕਿ ਇਹਦੇ ਵਿੱਚ ਜਹਾਜ਼ ਜਿਹੜੇ ਨੇ ਉਹ ਕਿਹੜੇ ਚੱਲਣਗੇ? ਕੋਈ ਹੈ ਕੋਈ ਹਾਂਜੀ ਜੀ ਬੋਇੰਗ ਦਾ ਜਿਹੜਾ ਮੈਂ ਮੈਂ ਪਹਿਲਾਂ ਦੱਸਿਆ ਬੋਇੰਗ ਦਾ ਡ੍ਰੀਮ ਲਾਈਨਰ 787 ਜਹਾਜ਼ ਜਿਹੜਾ ਹੈ ਉਹ 359 ਸੀਟਾਂ ਦਾ ਜਹਾਜ਼ ਹੈ ਇਹਨਾਂ ਦਾ ਤੇ ਇਹਨਾਂ ਦਾ ਇਹ ਸਪੈਸ਼ਲ ਜੀ ਜਹਾਜ਼ ਮਿਲਾਨ ਟੋਰਾਂਟੋ ਤੋਂ ਸਪੈਸ਼ਲ ਇਸੇ ਫਲਾਈਟ 'ਤੇ ਲਗਾਇਆ ਜਾ ਰਿਹਾ ਹੈ ਜੋੜਨ ਲਈ ਪਹਿਲਾਂ ਉਹਨਾਂ ਦੀ ਬਿਲਾਨ ਤੋਂ ਨਿਊਯਾਰਕ ਕੋ ਫਲਾਈਟ ਆਪਰੇਟ ਕਰਦੇ ਨੇ ਹਫਤੇ ਦੇ ਤਿੰਨ ਦਿਨ ਸੋ ਉਹਨੂੰ ਉਹ ਜੋੜ ਦੇਣਗੇ ਜਦੋਂ ਜਹਾਜ਼ ਅੰਮ੍ਰਿਤਸਰ ਤੋਂ ਆਏਗਾ ਜ ਜਿੰਨੀਆਂ ਵੀ 50 60 ਸਵਾਰੀਆਂ ਹੋਣਗੀਆਂ ਨਿਊਯਾਰਕ ਦੀਆਂ ਜਿੰਨੀਆਂ ਵੀ ਡਿਪੈਂਡ ਕਰਦਾ ਹੈ ਕਿ ਉਹ ਕਿੰਨਾ ਰਿਸਪੌਂਡ ਦਿੰਦੇ ਨੇ ਹੁਣ ਪਰ ਮੈਂ ਦੱਸਾਂਗਾ ਚਾਵਲੇਜ ਨਿਊਯਾਰਕ ਵਾਲੇ ਕੋ ਆਪਸ਼ਨ ਹੈਗੀ ਹੈ ਕਤਰ 에ਅਰਵੇਜ਼ ਅੰਮ੍ਰਿਤਸਰ ਤੋਂ ਦੋਹਾ ਤੇ 2 ਘੰਟੇ ਬਾਅਦ ਨਿਊਯਾਰਕ ਆਉਂਦੀ ਹੈ ਇਸੇ ਤਰ੍ਹਾਂ ਅੰਮ੍ਰਿਤਸਰ ਦੋਹਾ ਤੇ ਦੋਹਾ ਤੋਂ ਮੋਂਟਰੀਅਲ ਵੀ ਜਾਂਦੀ ਹੈ ਕੈਨੇਡਾ ਦੇ ਇਹ ਤੋਂ ਵੀ ਜਲਦੀ ਕੱਲ ਬੈਕ ਨੇ ਕੱਲ ਬੈਟ੍ਰਾਂਟੋ ਵਾਲਿਆਂ ਲਈ ਇਹ ਪਹਿਲਾ ਹੋਏਗਾ ਜਿੱਥ ਜਿਹੜਾ ਹੈ ਤੇ ਨਾਲੇ ਦੂਜੀ ਗੱਲ ਤੁਸੀਂ ਬੜੀ ਦੇ ਦੱਸੀ ਹੈ ਕਿ ਉਦਾਂ ਵੀ ਅਸੀਂ ਬਾਈ ਰੋਡ ਜਾਂਦੇ ਹਾਂ ਸਮਾਂ ਸਾਨੂੰ ਵੱਧ ਲੱਗਦਾ ਹੈ ਤੇ ਉਧਰੋਂ 16 ਘੰਟੇ ਦੀ ਫਲਾਈਟ ਲੱਗਦੀ ਜਦੋਂ ਇੰਡੀਆ ਤੋਂ ਆਈਦਾ ਵਾ ਸੋ ਇੱਥੇ ਅਸੀਂ ਜੇ 18-19 ਘੰਟੇ ਚ ਪਹੁੰਚਨੇ ਸਿਰਫ 2-3 ਘੰਟੇ ਵੱਧ ਵੱਧ ਲੱਗ ਰਹੇ ਨੇ ਪਰ ਤੁਸੀਂ ਪੰਜਾਬ ਤੋਂ ਹੀ ਭਾਵੇਂ ਲੁਧਿਆਣੇੋਂ ਮੈਂ ਫੇਰ ਦੱਸਦਾ ਸਾਨੂੰ ਛਾਹਲਾ ਜੀ ਬੜੇ ਬੜੇ ਜਾਣੇ ਜਦੋਂ ਗੱਲਬਾਤ ਕਰੀਏ ਨਾ ਕੀ 에어ਪੋਰਟ ਲੁਧਿਆਣੇ ਹੋਣਾ ਚਾਹੀਦਾ ਸੀ ਜੀ ਸਾਨੂੰ ਲੁਧਿਆਣੇ ਵਾਲਿਆਂ ਨੂੰ ਇੰਨਾ ਹੀ ਪੈਂਦਾ ਹੈ ਜੀ ਅਸੀਂ ਇਹਨਾਂ ਨੂੰ ਕਹਿੰਦੇ ਹਾਂ ਕਿ ਸਾਨੂੰ ਸਮਝ ਨਹੀਂ ਆ ਰਹੀ ਜੇ ਲਾਹੌਰ ਦਾ 에어ਪੋਰਟ ਬਾਰਡਰ ਤੇ ਕਾਲ ਹੋ ਕੇ ਨੰਬਰ ਇੱਕ ਇੱਕ 에어ਪੋਰਟ ਬਣ ਸਕਦਾ ਸੋ ਪੰਜਾਬੀਆਂ ਨੂੰ ਕਿਉਂ ਉਹਨਾਂ ਨੂੰ ਇਸ ਵੇਲੇ ਇੰਨੀ ਖੁਸ਼ੀ ਹੈ ਕਿ ਹਲਵਾਰਾ 에어ਪੋਰਟ ਬਣ ਰਿਹਾ ਜੀ ਫਲਾਈਟਾਂ ਸ਼ੁਰੂ ਹੋ ਜਾਣਗੀਆਂ ਸੋ ਇਸ ਤਰ੍ਹਾਂ ਦੀ ਵੰਡ ਅਸੀਂ ਬਾਰ-ਬਾਰ ਫਿਰ ਕਹਿ ਰਹੇ ਹਾਂ ਕਿ ਅਸੀਂ ਜਿਹੜਾ ਫੋਕਸ ਹੈ ਨਾ ਉਹਨੂੰ ਅਸੀਂ ਡਿਵਰਟ ਕਰਦੇ ਹਾਂ ਉਹ ਉਹ ਵੀ ਜਾ ਰਹੇ ਨੇ ਆਪਣੇ ਮੰਤਰੀ ਨੂੰ ਕਹਿ ਰਹੇ ਨੇ ਪੰਜਾਬ ਦੀ ਦੀ ਸਿੰਧੀਆ ਸਾਹਿਬ ਨੂੰ ਕਹੋ ਜੀ ਹਲਵਾਰੇ ਤੋਂ ਫਲਾਈਟਾਂ ਸ਼ੁਰੂ ਕਰ ਦਨ ਇੱਥੇ ਜੇ ਅਸੀਂ ਇੱਦਾਂ ਹੀ ਵੰਡੇ ਜਾਵਾਂਗੇ ਆ ਮੈਨੂੰ ਕੱਲ ਹੀ ਮੈਸੇਜ ਆਇਆ ਜੀ ਕਿ ਹੁਣ ਜਲੰਧਰ ਡਿਵੈਲਪਮੈਂਟ ਕਿਸੇ ਨੇ ਮਿਸ਼ਨ ਬਣਾਇਆ ਜੀ ਤੇ ਹੁਣ ਉਹ ਕਹਿ ਰਹੇ ਨੇ ਕਿ ਆਦਮਪੁਰ ਨੂੰ ਵੱਡਾ 에어ਪੋਰਟ ਡਿਵੈਲਪ ਕਰਕੇ 90 ਕਿਲੋਮੀਟਰ 에어ਪੋਰਟ ਹੈ ਜੀ 90 ਕਿਲੋਮੀਟਰ ਹੈ ਸੋ 90 ਕਿਲੋਮੀਟਰ ਦੇ ਕੋਲ ਤੇ ਸਾਡੇ ਕੈਨੇਡਾ ਦੇ 에어ਪੋਰਟ ਨਹੀਂ ਹੈਗੇ ਇਹਨੇ ਲਾਗੇ ਲਾਗੇ ਸੋ ਇਹ ਮੈਂ ਜਿਹੜੀ ਗੱਲ ਕਹਾਂਗਾ ਜ਼ਰੂਰ ਡਿਵੈਲਪ ਹੋਣ ਪਰ ਅਸੀਂ ਆ ਮਾਰਕੀਟ ਨੂੰ ਤੇ ਡਿਵੈਲਪ ਕਰੀਏ ਜਿਹੜੇ ਪੈਸੇ ਉੱਧਰ ਲਾ ਰਏ ਜੇ ਇਹ ਚਾਉਲਾ ਜੀ 에ਅਰਲਾਈਨਸ ਮੈਂ ਕਹਿੰਦਾ ਜੀ ਜੇ ਜਲੰਧਰ ਡਿਵੈਲਪਮੈਂਟ ਗਰੁੱਪ ਆਇਆ ਤੇ ਸਾਡੇ ਜਲੰਧਰ ਡਿਵੈਲਪਮੈਂਟ ਗਰੁੱਪ ਵਾਸਤੇ ਬਹੁਤ ਸਾਰੀਆਂ ਬੈਸਟ ਵਿਸ਼ਸ ਦਿਲੋਂ ਉਥੋਂ ਹੀ ਸਿੱਧੀਆਂ ਅਮਰੀਕਾ ਕੈਨੇਡਾ ਨੂੰ ਤੁਸੀਂ ਫਲਾਈਟਾਂ ਚਲਾ ਦਿਓ ਦਿੱਲੀ ਦੀ ਖਜਲਖਵਾਰੀ ਸਾਡੀ ਬੰਦ ਹੋ ਜੇ ਗੁਰੂ ਰਾਮਦਾਸ ਮਹਾਰਾਜ ਦਾ ਜਿਹੜਾ ਅੰਮ੍ਰਿਤਸਰ ਵਾਲਾ 에ਅਰਪੋਰਟ ਹੈ ਉਹ ਡੋਮੈਸਟਿਕ ਹੀ ਰਹੇ ਤੇ ਸਾਨੂੰ ਉਹਦੇ ਨਾਲ ਵੀ ਕੋਈ ਨਹੀਂ ਅਸੀਂ ਜਲੰਧਰੋਂ ਵੀ ਜਾ ਕੇ ਖੁਸ਼ ਹਾਂ ਖਾਸ ਤੌਰ ਤੇ ਸਾਨੂੰ ਦਿੱਲੀ ਦਾ ਖਜਲਖਵਾਰੀ ਤੇ ਬੱਚੂ ਮਾਲੂਕੇ ਮਾਲਵੇ ਦੁਆਬੇ ਦੇ ਬਹੁਤ ਸਾਰੇ ਲੋਕ ਨੇ ਕਿੰਨਾ ਕੁ ਪੈ ਗਿਆ ਸੈਂਟਰ 'ਚ ਪੈ ਗਿਆ ਚਲੋ ਉਹਨਾਂ ਵਾਸਤੇ ਵੀ ਵੈਸਟ ਬਿਚ ਇਸ ਦਿੰਨੇ ਆ ਕਿ ਤੁਸੀਂ ਜਲੰਧਰ ਡਿਵੈਲਪਮੈਂਟ ਵਾਲੇ ਇੱਕਜੁੱਟ ਹੋ ਕੇ ਸਰਕਾਰ ਨੂੰ ਮਨਾਉਣ ਦੇ ਵਿੱਚ ਕਾਮਯਾਬ ਹੋ ਜੋ ਕਿ ਇੱਥੋਂ ਹੀ ਅੰਮ੍ਰਿਤਸਰ ਦਾ ਅੰਤਰਰਾਸ਼ਟਰੀ 에ਰਪੋਰਟ ਜਿਹੜਾ ਬਾ ਉਹ ਐਲਾਨ ਕਰਕੇ ਹਰ ਥਾਂ ਤੇ ਚਲਾ ਦਿਓ ਡੋਮੈਸਟਿਕ ਰਹਿਣ ਦੇ ਅੰਮ੍ਰਿਤਸਰ ਨੂੰ ਕੋਈ ਫਰਕ ਨਹੀਂ ਪੈਂਦਾ ਪਰ ਜੇ ਓਪਨ ਸੋਚਾਂਗੇ ਓਪਨ ਮਾਈਂਡਡ ਹੋਵਾਂਗੇ ਫੇਰ ਹੀ ਆ ਨਾ ਜੇ ਆਪਾਂ ਕਵਾਂਗੇ ਜੀ ਇਲਾਕੇਬਾਜੀ ਪਾਵਾਂਗੇ ਤੇ ਫੇਰ ਅਸੀਂ ਕੁਝ ਨਹੀਂ ਖੱਟਣਾ ਫੇਰ ਤਾਂ ਵੰਡੀਆਂ ਹੀ ਆ ਤੇ ਵੰਡੀਆਂ ਪਾਉਣ ਵਾਸਤੇ ਤਾਂ ਪਹਿਲਾਂ ਹੀ ਉਹ ਸੋਚਦੇ ਨੇ ਕਿ ਰੂਲ ਐਂਡ ਵਾਈਡ ਪਾੜੋ ਤੇ ਰਾਜ ਕਰੋ ਹਾਂਜੀ 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 ਉਹੀ ਗੱਲ ਆ ਸੀ ਅਸੀਂ ਸਾਨੂੰ ਅਸੀਂ ਚਾਹੁੰਦੇ ਆ ਕਿ ਪੰਜਾਬ ਡਿਵੈਲਪ ਹੋਵੇ ਹਰ ਥਾਂ ਤੇ ਹੋਵੇ ਪਰ ਜਿਹੜਾ ਸਾਡਾ ਹਲੇ ਪੂਰਾ ਇੱਕ ਟੀਚਾ ਪੂਰਾ ਨਹੀਂ ਹੋਇਆ ਉਹਨੂੰ ਕਰਕੇ ਤੇ ਆਓ ਅਸੀਂ ਸਾਰੇ ਰਲ ਮਿਲ ਕੇ ਪਟੀਸ਼ਨ ਜਿਹੜੀ ਸਾਈਨ ਕੀਤੀਆਂ ਨੇ 20000 ਇਕੱਲੇ ਅੰਮ੍ਰਿਤਸਰ ਵਾਲਿਆਂ ਨੇ ਸਾਰੇ ਨੇ ਸਾਈਨ ਕੀਤੀਆਂ ਸੀ ਹਰ ਬੰਦਾ ਸ੍ਰੀ ਅੰਮ੍ਰਿਤਸਰ ਸਾਹਿਬ ਦਰਬਾਰ ਸਾਹਿب ਨਤਮਸਤਕੋ ਲਈ ਆਂਦਾ ਕਿਤੇ ਵੀ ਹੁੰਦਾ ਸੋ ਸਾਡੀ ਹਮੇਸ਼ਾ ਇਹ ਬੇਨਤੀ ਰਹਿੰਦੀ ਹੈ ਤੇ ਨਾਲ ਹੀ ਮੈਂ ਤੁਹਾਡੇ ਰਾਹੀਂ ਚੈਨਲ ਰਾਹੀਂ ਭਾਵੇਂ ਜਿਹੜੇ ਪੰਜਾਬ ਸਰਕਾਰ ਦੇ ਨੁਮਾਇੰਦੇ ਨੇ ਮੈਂ ਬੇਨਤੀ ਕਰਨਾ ਚਾਹਵਾਂ ਲਓ ਜੀ 6 ਮਹੀਨੇ ਹੋ ਗਏ ਨੇ ਦਿੱਲੀ ਨੂੰ ਬੱਸਾਂ ਲਾਤੀਆਂ ਨੇ ਚਲੋ ਠੀਕ ਹੈ ਪ੍ਰਾਈਵੇਟ ਬੱਸਾਂ ਦੇ ਮੁਕਾਬਲੇ ਲਈ ਪਰ ਮੈਂ ਫੇਰ ਮੁੱਦਾ ਭਾਵੇਂ ਸੱਚੀ ਫਲਾਈਟ ਦੀ ਗੱਲ ਕਰ ਰਹੇ ਹਾਂ ਪਰ ਬਹੁਤ ਜ਼ਰੂਰੀ ਹੈ ਫਲਾਈਟਾਂ ਨੂੰ ਕਾਮਯਾਬ ਕਰਨਾ ਜੇਕਰ ਕਨੇਡਾ ਲਈ ਫਲਾਈਟਾਂ ਲਈ 500 ਰੁਪਏ ਚ ਬੱਸ ਜੇ ਉਹ ਦਿੱਲੀ ਭੇਜ ਰਹੇ ਨੇ ਜਿੰਨੇ ਦੀ ਵੀ ਤੇ ਲੁਧਿਆਣੇਓ ਇਨ੍ਹਾਂ ਥਾਵਾਂ ਤੇ ਇਨ੍ਹਾਂ ਫੜਾ ਫਲਾਈਟਾਂ ਲਈ 102 ਫਲਾਈਟਾਂ ਜਿਹੜੀਆਂ ਨੇ ਹਫ਼ਤੇ 'ਚ ਇੰਟਰਨੈਸ਼ਨਲ ਉਹ ਅੰਮ੍ਰਿਤਸਰ ਤੋਂ ਜਾਂਦੀਆਂ ਨੇ ਉਡਾਨਾਂ ਸੋ 26 ਫਲਾਈਟਾਂ ਦੁਬਈ ਤੇ ਸ਼ਾਰਜਾ ਜਾਂਦੀਆਂ ਨੇ ਅੰਮ੍ਰਿਤਸਰ ਤੋਂ ਯੂਏਈ ਦੇ ਇੱਥੇ ਸਾਡੇ ਮੁੰਡੇ ਕੰਮ ਕਰਨ ਜਾਂਦੇ ਨੇ ਤੇ ਅਸੀਂ ਬੇਨਤੀ ਕਰ ਰਹੇ ਹਾਂ ਲੁਧਿਆਣੇਓ ਜਲੰਧਰੋਂ ਫਗਵਾੜੇਓ ਸਾਰਿਆਂ ਤੋਂ ਬੱਸਾਂ ਜਿਹੜੀਆਂ ਨੇ ਅੰਮ੍ਰਿਤਸਰ ਹਵਾਈ ਅੱਡਾ ਇੱਕੋ ਹੀ ਹਵਾਈ ਅੱਡਾ ਜੀ ਅੰਤਰਰਾਸ਼ਟਰੀ ਭਾਰਤ ਦਾ ਜਿੱਥੇ ਕੋਈ ਬੱਸ ਸੇਵਾ ਹੀ ਨਹੀਂ ਹੈਗੀ ਤੇ ਮੈਂ 3 ਮਹੀਨੇ 4 ਮਹੀਨੇ ਟੈਲੀਫੋਨ ਕਰ ਕਰਕੇ ਚੰਡੀਗੜ੍ਹ ਸੈਕਟਰੀ ਆਫਿਸ ਮੰਤਰੀ ਸਾਹਿਬ ਸਾਡੇ ਅੰਮ੍ਰਿਤਸਰ ਦੇ ਨੇ ਡਾਕਟਰ ਨਰੇਜਰ ਕੀ ਦਰਬਾਰ ਸਾਹਿਬ ਤੱਕ বাস ਚਲਾ ਦਿਓ ਕਿਉਂ ਮੰਡੀ ਚੌਂਕ ਤੱਕ ਪਰ ਨਹੀਂ ਨਹੀਂ ਚਲਾਈ ਜਾ ਰਹੀ ਜੀ ਸਟਰੀਟ ਲਾਈਟਾਂ ਮੈਂ ਆਪ ਖੁਦ ਗਿਆ ਦਸੰਬਰ ਚ ਹਾਲੇ ਤੱਕ 에ਅਰਪੋਰਟ ਤੋਂ ਲੈ ਕੇ ਸ਼ਹਿਰ ਤੱਕ ਫੇਰ ਪੰਜਾਬ ਸਰਕਾਰ ਤੇ ਪੰਜਾਬੀ ਕਹਿ ਦਿੰਦੇ ਨੇ ਦਿੱਲੀ ਰੋਕਦੀ ਐ ਕਿ ਅਸੀਂ ਇਹੋ ਜਿਹੀਆਂ ਸੁਵਿਧਾਵਾਂ ਨਹੀਂ ਜਿਹੜੀਆਂ ਕਿ ਦੇ ਸਕਦੇ ਨੇ ਹਾਂ ਚਿੱਠੀਆਂ ਦੇ ਕੇ ਤੁਸੀਂ ਗੱਲ ਕੀਤੀ ਹੈ ਕ੍ਰੈਡਿਟ ਦੀ ਰਾਜੋ ਚੱਡਾ ਜਿਹਨੇ ਲੰਡਨ ਫਲਾਈਟ ਜਿਹੜੀ ਚੱਲ ਰਹੀ ਸੀ ਅਨਾਉਂਸ ਕਰ ਦਿੱਤਾ ਲੰਡਨ ਫਲਾਈਟ ਸ਼ੁਰੂ ਮੇਰੇ ਮੇਰੇ ਯਤਨਾਂ ਤੋਂ ਹੋ ਰਹੀ ਹੈ ਜੀ 2 ਮਹੀਨੇ ਪਹਿਲਾਂ ਜਦੋਂ ਕਿ ਪ ਸੋ ਇਹੋ ਜੇ ਸੌਕੇ ਕ੍ਰੈਡਿਟ ਲੈਣ ਲਈ ਸਾਰੇ ਅੱਗੇ ਆਉਂਦੇ ਨੇ ਚਲੋ ਲੈ ਲਓ ਮੈਂ ਤਾਂ ਕਹਿ ਹੁਣ ਬਥੇਰੀ ਆਉਣਗੇ ਉਹਦੇ ਬਥੇਰੀਆਂ ਕਾਂਗਿਆਰੀਆਂ ਉਗੜ ਗਈਆਂ ਜੀ ਲੈ ਜੀ ਇਸ ਸੁੱਤੇ ਹੀ ਨਹੀਂ ਸਾਡੇ ਤੇ ਗਲੇਡੂ ਵੇਖੋ ਸਾਡੇ ਆਹ ਵੇਖੋ ਤੁਸੀਂ ਅੱਖਾਂ ਦੇ ਵਿੱਚ ਗਿੱਡ ਵੇਖੋ ਇਹਦੇ ਸੁੱਤੇ ਨੇ ਦਿਨ ਰਾਤ ਮਿੰਦ ਕਰ ਸਾਡੇ ਤੇ ਸ਼ਾਇਆ ਮੋਕੀਆਂ ਸਾਡੇ ਤੇ ਕਲਮ ਕਸਗੀਆਂ ਅਸੀਂ ਜਾਣਦੇ ਹਾਂ ਜਿਹੜੇ ਵੀ ਸੁਹਿਰਦ ਕੋਈ ਦੋਰਾਵਾ ਨਹੀਂ ਗਮਟਾਲਾ ਸਾਹਿਬ ਸ਼ੁਰੂ ਤੋਂ ਹੀ ਤੁਸੀਂ ਲੱਗੇ ਹੋਏ ਹੋ ਤੰਜੂ ਸਾਹਿਬ ਲੱਗੇ ਹੋਏ ਨੇ ਬਾਕੀ ਚਲੋ ਸਹਿਯੋਗੀ ਜਿਹੜੇ ਨੇ ਤੁਹਾਡੇ ਉਹਨਾਂ ਨਾਲ ਇੱਕ ਕਾਫਲਾ ਬਣਦਾ ਹੁੰਦਾ ਕਾਫਲਾ ਬਣਿਆ ਅੱਜ ਪ੍ਰਾਪਤੀ ਤੁਹਾਨੂੰ ਮਿਲੀ ਹੈ ਸਾਡੇ ਵਾਸਤੇ ਬੜੀ ਖੁਸ਼ੀ ਵਾਲੀ ਗੱਲ ਹੈ ਤੁਹਾਡੀ ਬਹੁਤ ਸਾਰੀਆਂ ਸ਼ੁਭ ਕਾਮਨਾਵਾਂ ਤੁਹਾਡਾ ਧੰਨਵਾਦ ਕਿ ਤੁਸੀਂ ਦੁੰਨ ਰਾਤ ਇੱਕ ਮਿਹਨਤ ਕਰਕੇ ਸਾਡੇ ਪੂਰੇ ਪੰਜਾਬੀਆਂ ਦੀ ਜਿਹੜੀ ਆਵਾਜ਼ ਨੂੰ ਬੁਲੰਦ ਕੀਤਾ ਹੈ ਕਿ ਜਿਹੜੀ ਪਹਿਲੀ ਫਲਾਈਟ ਡਾਇਰੈਕਟ ਚੱਲਦੀ ਸੀਗੀ ਉਸ ਨੂੰ ਕਿਉਂ ਰੋਕ ਦਿੱਤਾ ਗਿਆ ਤੇ ਹੁਣ ਚੱਲਣੀ ਚਾਹੀਦੀ ਹੈ ਸ਼ੁਰੂ ਹੋਈ ਹੈ ਚਲੋ ਜੋ ਵੀ ਸਾਨੂੰ ਮਿਲਿਆ ਪ੍ਰਵਾਨ ਕਰਦੇ ਹਾਂ ਤੇ ਹੁਣ ਇਹਨੂੰ ਕਾਮਯਾਬ ਕਰਨਾ ਸਾਡੇ ਪੰਜਾਬੀਆਂ ਦਾ ਫਰਜ਼ ਹੈ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਫੇਰ ਮਿਲ ਜਾਈਏ ਸਾਥ ਸ੍ਰੀਮਾਨ ਤੇਰਾਸੋ ਵੀ ਮਿਸਟਰ ਬੈਂਡ ਡਿਡ ਯੂ ਪ੍ਰੋਗਰਾਮ ਰੰਗਲਾ ਪੰਜਾਬ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਇਸਾਨ ਜੀ ਸਾਡੇ ਵੀਰ ਗਮਟਾਲਾ ਸਾਹਿਬ ਜਿਨ੍ਹਾਂ ਨਾਲ ਆਪਾਂ ਗੱਲਬਾਤ ਕੀਤੀ ਹੈ ਉਹਨੇ ਛੋਟੀ ਜੀ ਬ੍ਰੇਕ ਲਵਾਗੇ ਬ੍ਰੇਕ ਤੋਂ ਬਾਅਦ ਅੱਗੇ ਬਾਤ ਦੇ ਵਿੱਚ ਖਬਰਾਂ ਦਾ ਇੱਕ ਹੋਰ ਵਿਸ਼ੇਸ਼ ਬਿਲਣ ਪੇਸ਼ ਕਰਨਗੇ ਸਾਡੇ ਨਾਲ ਅਮਨ ਜੀ ਫੇਰ ਸਾਡੇ ਨਾਲ ਜੁੜ ਜਾਣਗੇ ਸਰਦਾਰ ਜਸਪੀਰ ਸਿੰਘ ਜੀ ਪੱਟੀ ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਸੀਐਨਐਨ ਟੋਰਾਂਟੋ Ninety six acres, 96 acres, ninety six acres, ninety.